ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹੁਣ ਨਹੀਂ ਰਹੇ ਕਿਉਂਕਿ ਉਹ ਵੋਟਾਂ ਹਾਰ ਗਏ ਨੇ ਅਤੇ ਹੁਣ ਆਖਿਰਕਾਰ ਉਹਨਾਂ ਨੂੰ ਕੀ ਕੁਝ ਛੱਡਣਾ ਪਊ ਕੀ ਮੰਨਣਾ ਪਊਗਾ ਇਹਦੇ ਸੰਬੰਧੀ ਇੱਕ ਖਬਰ ਜਿਹੜੀ ਹੈਗੀ ਲੱਗੀ ਆ ਉਹਦੇ 'ਚ ਸਭ ਤੋਂ ਉੱਤੇ ਦੱਸਿਆ ਗਿਆ ਕਿ ਰਾਸ਼ਟਰਪਤੀ ਅਹੁਦੇ ਤੋਂ ਹਟਦੇ ਹੀ ਡੋਨਲਡ ਟਰੰਪ 'ਤੇ ਅਮਰੀਕਾ ਦੇ ਕੁਝ ਨਿਯਮ ਲਾਗੂ ਹੋ ਜਾਣਗੇ ਇਹਨਾਂ ਨਿਯਮਾਂ ਦੇ ਤਹਿਤ ਜਿੱਥੇ ਟਰੰਪ ਦੀ ਬਾਕੀ ਜ਼ਿੰਦਗੀ ਵਿੱਚ ਕੁਝ ਪਾਬੰਦੀਆਂ ਲੱਗੀਆਂ ਰਹਿਣਗੀਆਂ ਤਾਂ ਕੁਝ ਅਜਿਹੀਆਂ ਸ਼ਰਤਾਂ ਵੀ ਲਾਗੂ ਹੋਣਗੀਆਂ ਜਿਨ੍ਹਾਂ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰਾਈਵੇਸੀ ਨਾਂ ਦੀ ਕੋਈ ਚੀਜ਼ ਨਹੀਂ ਰਹੇਗੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਦੇ ਨਾਲ ਲਾਗੂ ਹੋਣ ਵਾਲੇ ਕੁਝ ਨਿਯਮਾਂ ਤਾਂ ਇੰਨਾ ਸਖਤ ਹਨ ਕਿ ਬਰਾਕ ਓਬਾਮਾ ਸਮੇਤ ਕਈ ਸਾਬਕਾ ਰਾਸ਼ਟਰਪਤੀ ਕਈ ਵਾਰ ਤਾਂ ਖਿੱਝ ਵੀ ਗਏ ਹਨ ਉਹ ਜਾਣਦੇ ਹਾਂ ਕਿ ਰਾਸ਼ਟਰਪਤੀ ਅਹੁਦੇ ਤੋਂ ਹਟਦੇ ਹੀ ਟਰੰਪ 'ਤੇ ਕਿਹੜੇ ਕਿਹੜੇ ਨਿਯਮ ਲਾਗੂ ਹੋ ਜਾਣਗੇ ਅਮਰੀਕਾ ਦੇ ਸਾਰੇ ਸਾਬਕਾ ਰਾਸ਼ਟਰਪਤੀਆਂ ਦੀ ਜ਼ਿੰਦਗੀ ਹਮੇਸ਼ਾ ਖਤਰੇ ਵਿੱਚ ਰਹਿੰਦੀ ਹੈ ਇਸ ਲਈ ਉਹਨਾਂ ਨੂੰ ਉਮਰ ਭਰ ਸੁਰੱਖਿਆ ਮਿਲਦੀ ਹੈ ਅਤੇ ਸੀਕ੍ਰੈਟ ਸਰਵਿਸ ਏਜੰਟ ਹਮੇਸ਼ਾ ਉਹਨਾਂ ਦੇ ਨਾਲ ਹੁੰਦੇ ਹਨ ਅਮਰੀਕਾ ਦਾ ਕੋਈ ਵੀ ਸਾਬਕਾ ਰਾਸ਼ਟਰਪਤੀ ਸੁਨਸਾਨ ਸੜਕਾਂ 'ਤੇ ਤਾਂ ਡਰਾਈਵ ਕਰ ਸਕਦਾ ਹੈ ਪਰ ਜਨਤਕ ਤੌਰ 'ਤੇ ਡਰਾਈਵ ਨਹੀਂ ਕਰ ਸਕਦਾ 1963 ਵਿੱਚ ਜਾਨ ਐਫ ਕੈਨੇਡੀ ਦੀ ਹੱਤਿਆ ਤੋਂ ਬਾਅਦ 1963 ਤੋਂ 1969 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਲਿੰਡਨ ਬੀ ਜੌਨਸਨ ਉਹ ਆਖਰੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਵੀ ਡਰਾਈਵਿੰਗ ਕੀਤੀ ਸੀ ਉਮਰ ਭਰ ਮਿਲਦੇ ਰਹਿੰਦੇ ਹਨ ਰਾਸ਼ਟਰੀ ਸੁਰੱਖਿਆ ਦੇ ਅਪਡੇਟਸ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਤੋਂ 'ਤੇ ਰਹਿੰਦੇ ਹੋਏ ਰਾਸ਼ਟਰਪਤੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਨਵੇਂ ਨਵੇਂ ਅਪਡੇਟਸ ਮਿਲਦੇ ਰਹਿੰਦੇ ਹਨ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਸਾਬਕਾ ਰਾਸ਼ਟਰਪਤੀਆਂ ਤੋਂ ਰਾਸ਼ਟਰੀ ਸੁਰੱਖਿਆ 'ਤੇ ਉਮਰ ਭਰ ਸਲਾਹ ਲਈ ਜਾਂਦੀ ਹੈ ਜ਼ਿਕਰਯੋਗ ਹੈ ਕਿ 2018 ਵਿੱਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਜਾਣਕਾਰੀਆਂ ਤੋਂ ਵਾਂਝਾ ਰੱਖਣ ਦੀ ਧਮਕੀ ਦਿੱਤੀ ਸੀ ਹਾਲਾਂਕਿ ਬਾਅਦ ਵਿੱਚ ਟਰੰਪ ਨੇ ਇਸ ਖਬਰ ਨੂੰ ਗਲਤ ਦੱਸਿਆ ਸੀ 1955 ਪ੍ਰੈਜੀਡੈਂਸ਼ੀਅਲ ਲਾਇਬ੍ਰੇਰੀਜ਼ ਐਕਟ ਦੇ ਤਹਿਤ ਹਰੇਕ ਸਾਬਕਾ ਰਾਸ਼ਟਰਪਤੀ ਨਾਂ 'ਤੇ ਇੱਕ ਲਾਇਬ੍ਰੇਰੀ ਹੋਵੇਗੀ ਇਸ ਲਾਇਬ੍ਰੇਰੀ ਵਿੱਚ ਸੰਬੰਧਿਤ ਵਿਅਕਤੀਆਂ ਦੇ ਰਾਸ਼ਟਰਪਤੀ ਦੇ ਦੌਰ 'ਤੇ ਕੀਤੇ ਗਏ ਫੈਸਲਿਆਂ ਅਤੇ ਉਹਨਾਂ ਦੇ ਕਾਰਜਕਾਲ ਦੀਆਂ ਪ੍ਰਮੁੱਖ ਘਟਨਾਵਾਂ ਦੀਆਂ ਜਾਣਕਾਰੀਆਂ ਉਪਲਬਧ ਹੁੰਦੀਆਂ ਹਨ ਇਹ ਫੈਸਲਾ ਉਦੋਂ ਹੋਇਆ ਜਦੋਂ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਆਪਣੇ ਕਾਰਜਕਾਲ ਵਿੱਚ ਹੋਏ ਵਿਸ਼ਵ ਪ੍ਰਸਿੱਧ ਵਾਟਰਗੇਟ ਕਾਂਡ ਨਾਲ ਸੰਬੰਧਿਤ ਜਾਣਕਾਰੀਆਂ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਸਾਬਕਾ ਰਾਸ਼ਟਰਪਤੀਆਂ ਦੇ ਨਾਂ ਆਉਣ ਵਾਲੇ ਪੈਕੇਜ ਪੱਤਰ ਜਾਂ ਹੋਰ ਵਸਤਾਂ ਵੀ ਜਾਂਚ ਸੀਕ੍ਰੈਟ ਸਰਵਿਸ ਏਜੰਟ ਕਰਦੇ ਹਨ ਅਮਰੀਕਾ ਦੇ ਪੋਸਟਲ ਸਰਵਿਸ ਵੀ ਸਾਬਕਾ ਰਾਸ਼ਟਰਪਤੀਆਂ ਦੇ ਨਾਂ ਆਏ ਪੈਕੇਜ ਦੀ ਡੂੰਘੀ ਜਾਂਚ ਪੜਤਾਲ ਕਰਦੀ ਹੈ ਉਹਨਾਂ ਦੇ ਫੋਨ ਚੈਟ ਮੈਸੇਜ 'ਤੇ ਵੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਰਹਿੰਦੀ ਹੈ ਇੰਨਾ ਹੀ ਨਹੀਂ ਸਾਬਕਾ ਰਾਸ਼ਟਰਪਤੀਆਂ ਰਾਸ਼ਟਰਪਤੀ ਕਦੇ ਇਕੱਲੇ ਨਹੀਂ ਰਹਿ ਸਕਦੇ ਉਹਨਾਂ ਦੇ ਨਾਲ ਹਮੇਸ਼ਾ ਸੀਕ੍ਰੈਟ ਸਰਵਿਸ ਦੇ ਮੈਂਬਰ ਪਰਛਾਵੇਂ ਦੀ ਤਰ੍ਹਾਂ ਰਹਿੰਦੇ ਹਨ ਕਿਹਾ ਜਾ ਸਕਦਾ ਕਿ ਡੋਨਲਡ ਟਰੰਪ ਭਾਵੇਂ ਹੁਣ ਰਾਸ਼ਟਰਪਤੀ ਅਮਰੀਕਾ ਦੇ ਨਹੀਂ ਰਹਿਣਗੇ ਪਰ ਉਹਦੇ ਬਾਵਜੂਦ ਉਹਨਾਂ ਦੀ ਉੱਤੇ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਅਮਰੀਕਾ ਦੀਆਂ ਉਹ ਖਾਸ ਨਜ਼ਰ ਰੱਖਣਗੀਆਂ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਇਹਦੇ ਨਾਲ ਫਰਕ ਇਹ ਪੈ ਜਾਂਦਾ ਕਿ ਜਦੋਂ ਅਮਰੀਕਾ ਵਰਗੇ ਅੱਗੇ ਵਧੂ ਦੇਸ਼ ਨੇ ਜਿਹੜੇ ਉੱਥੇ ਦੇ ਲੋਕ ਆਪਦੀ ਜ਼ਿੰਦਗੀ ਬੜੇ ਖੁੱਲ੍ਹੇ ਅੰਦਾਜ਼ ਦੇ ਨਾਲ ਜਿਉਂਦੇ ਨੇ ਅਤੇ ਖਾਸ ਕਰ ਡੋਨਲਡ ਟਰੰਪ ਨੂੰ ਤਾਂ ਇਸ ਲਈ ਜਾਣਿਆ ਹੀ ਜਾਂਦਾ ਹੈ ਤਾਂ ਆਖਿਰਕਾਰ ਉਹਨਾਂ ਦੀ ਪ੍ਰਾਈਵੇਸੀ ਹੈ ਜਿਹੜੀ ਉਹ ਨਹੀਂ ਰਹਿੰਦੀ ਉਸ ਹਿਸਾਬ ਦੇ ਨਾਲ ਜਿਵੇਂ ਉਹ ਚਾਹੁੰਦੇ ਹਨ ਕਈ ਵਾਰ ਭਾਵੇਂ ਇੰਡੀਆ ਦੇ ਵਿੱਚ ਕਲਚਰ ਹੋਰ ਹੈ ਪੂਰੇ ਜ਼ਬਰਦਸਤੀ ਜਾਂ ਫਿਰ ਕਹੀਏ ਕਿ ਆਪਦੀ ਟੌਰ ਵਧਾਉਣ ਵਾਸਤੇ ਲਗਾਤਾਰ ਸੁਰੱਖਿਆ ਏਜੰਸੀਆਂ ਤੋਂ ਸੁਰੱਖਿਆ ਜਿਹੜੀ ਸਾਡੇ ਲੀਡਰ ਮੰਗਦੇ ਰਹਿੰਦੇ ਨੇ